ਨਸ਼ਾ ਤਸਕਰ ਪਾਕਿਸਤਾਨ ਤੋਂ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਕਰਨ ਦੇ ਬਥੇਰੇ ਯਤਨ ਕਰ ਰਹੇ ਨੇ ਪਰ ਐਸਟੀਐਫ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਬਾਰਡਰ ਏਰੀਆ ਤੋਂ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਿੱਚ 3 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਨਾਲ ਹੀ 2 ਨਸ਼ਾ ਤਸਕਰਾਂ ਨੂੰ ਵੀ ਕਾਬੂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ IG ਬਲਕਾਰ ਸਿੱਧੂ ਨੇ ਕਿਹਾ ਕਿ ਪਕੜੇ ਗਏ ਆਰੋਪੀ ਬੂਟਾ ਸਿੰਘ ਤੋਂ 2009 ਵਿੱਚ RDX ਵੀ ਬਰਾਮਦ ਕੀਤਾ ਗਿਆ ਸੀ ਜਿਸ ਨੂੰ ਲੈ ਕੇ NDPS ਦੇ ਤਹਿਤ 10 ਮਾਮਲੇ ਅਲੱਗ ਅਲੱਗ ਪੁਲਿਸ ਸਟੇਸ਼ਨ ਵਿੱਚ ਦਰਜ ਹਨ। ਕੱਲ੍ਹ ਸਾਡੀ ਟੀਮ ਫਿਰੋਜ਼ਪੁਰ ਉੱਤੇ ਹਾਜ਼ਰ ਸੀ ਜਿਹੜੀ ਸੁਨੀਦੀਪ ਜੀ AIG SDF ਲੁਧਿਆਣਾ ਜਿਹਨਾਂ ਕੋਲ ਇੱਕ AIG SDF ਫਿਰੋਜ਼ਪੁਰ ਦਾ ਨਾਲ ਐਡੀਸ਼ਨਲ ਚਾਰਜ ਹੈ ਸੋ ਉੱਥੇ ਓਪਰੇਸ਼ਨ ਦੇ ਸੰਬੰਧ ਵਿੱਚ ਹਾਜ਼ਰ ਸੀ ਤਾਂ ਉੱਥੇ ਇਨਫੋਰਮੇਸ਼ਨ ਮਿਲੀ ਸੀਗੀ ਬੂਟਾ ਸਿੰਘ ਸਨ ਆਫ ਅਮਰੀਕ ਸਿੰਘ ਅਤੇ ਹਰਚੰਦ ਸਿੰਘ ਸਨ ਆਫ ਬਲੌਰ ਸਿੰਘ ਦੋਨੋਂ ਢੋਲਨ ਪਿੰਡ ਜੋ ਕਿ ਥਾਣਾ ਵਲਟੋਆ ਤਰਨ ਤਾਰਨ ਦੇ ਵਿੱਚ ਪੈਂਦਾ ਕਿ ਵੀ ਇਹ ਸਮਗਲਿੰਗ ਦਾ ਕੰਮ ਕਰਦੇ ਆ ਔਰ ਅੱਜ ਇਸ ਏਰੀਏ ਦੇ ਵਿੱਚ ਆਏ ਹੋਏ ਆ ਔਰ ਉਸ ਦੇ ਆਧਾਰ 'ਤੇ ਅਸੀਂ ਕੇਸ ਰਜਿਸਟਰ ਕੀਤਾ FIR ਨੰਬਰ 40 ਮਿਤੀ 25/5/2019 ਥਾਣਾ SDF ਫੇਸ 4 ਮੋਹਾਲੀ 'ਤੇ ਦਰਜ ਕਰ ਲਿਆ ਗਿਆ ਔਰ ਉਸ ਦੇ ਅੱਗੇ ਫਰਦਰ ਪਟੀਸ਼ ਕਰਦਾ ਹੋਇਆ ਇਹਨਾਂ ਨੂੰ ਪਕੜਿਆ ਗਿਆ। ਜਦੋਂ ਪਕੜਿਆ ਗਿਆ ਸੀ ਤਾਂ ਇਹਨਾਂ ਕੋਲੋਂ 1 ਕਿਲੋ ਹੀਰੋਇਨ ਔਰ ਮੋਟਰਸਾਈਕਲ ਬਰਾਮਦ ਹੋਇਆ ਸੀਗਾ ਔਰ ਉੱਥੇ ਜਿਹੜੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਬੂਟਾ ਸਿੰਘ ਨੇ ਡਿਸਕਲੋਜ਼ ਕੀਤਾ ਸੀਗਾ ਕਿ ਅਸੀਂ 2.5 ਕਿਲੋ ਜਿਹੜੀ ਹੀਰੋਇਨ ਹੈਗੀ ਹੈ ਪਾਕਿਸਤਾਨ ਤੋਂ ਮੰਗਵਾਈ ਹੋਈ ਹੈ ਔਰ ਗੁਰਮੀਤ ਸਿੰਘ ਦੇ ਖੇਤ ਦੇ ਵਿੱਚ ਅਸੀਂ ਖਾਈ ਹੋਈ ਹੈਗੀ ਔਰ ਉਸ ਦੀ ਨਿਸ਼ਾਨਦੇਹੀ 'ਤੇ BSF ਨੂੰ ਨਾਲ ਲੈ ਕੇ ਓਪਰੇਸ਼ਨ ਕੀਤਾ ਗਿਆ ਜਿੱਥੋਂ 2.5 ਕਿਲੋ ਹੀਰੋਇਨ ਜਿਹੜੀ ਸੀ ਇਹਨਾਂ ਕੋਲੋਂ ਹੋਰ ਬਰਾਮਦ ਹੋਈ ਹੈ ਔਰ ਜਿਹੜਾ ਇਹ ਬੂਟਾ ਸਿੰਘ ਹੈ ਇਹ ਕਾਫੀ ਨੋਟੋਰੀਅਸ ਆਦਮੀ ਹੈ ਇਸਦੇ ਖਿਲਾਫ ਵੀ 10 ਕੇਸ ਪਹਿਲਾਂ ਆਲਰੇਡੀ ਰਜਿਸਟਰ ਹੈਗੇ ਔਰ ਇਹ ਹੁਣ 2 ਮਹੀਨੇ ਦੇ ਅੰਦਰ ਹੀ ਹੋਇਆ ਕਿ ਇਹ ਜੇਲ੍ਹ 'ਚੋਂ ਬਾਹਰ ਆਇਆ ਹੋਇਆ ਸੀ। ਮੇਨ ਇਹਨਾਂ ਦਾ ਕੁਛ ਤਰਨ ਤਾਰਨ ਅੰਮ੍ਰਿਤਸਰ ਲੁਧਿਆਣਾ ਔਰ ਹੈ ਬਾਕੀ ਅਸੀਂ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਹੈ ਕਿੱਥੋਂ ਕਿੱਥੋਂ ਇਹਨਾਂ ਦੀ ਸਪਲਾਈ ਜਾ ਰਹੀ ਹੈ। ਅਲੱਗ ਅਲੱਗ ਹੈਗੇ ਆ ਪੰਜਾਬ 'ਚ ਇਹ ਪੰਜਾਬ ਦੇ ਹੈਗੇ ਆ। ਬਿਊਰੋ ਰਿਪੋਰਟ ਲੁਧਿਆਣਾ ਵਿਊ।